ठीक है चलो सही है माशाल्लाह बिल्कुल डड्याल कहने पुरानी निशानी है जी लाला इे गल है जान पहचान ते जबरू साहब है जी हाँ जी बिस्मिल्लाह रहमान रहीम अस्सलाम वालेकुम यूट्यूब फैमिली उम्मीद करना के सारे भैन भ्रा ठीक ठाक किसो अल्लाह ताला इज्जत मान इज्जत सुन मेज़बान गुलाम स्वास होनी में हाजिर जी आज नवी वीडियो कनी हाँ जी मैं यूट्यूब फैमिली मौजूदा जी बाजार है इस टाइम अपने डड्याल तक जी 11 मई है तकरीबन सब कुछ जना बंद पे ब्रिज ही बंद जाना से अभी इस्लामाबाद है वो जो रहते ही है आने ब्रिज बंद बाकी तक डड्याल बाजार तकरीबन सारा बंद है लॉकडाउन है इस टाइम है तक होना सब बाजार बंद है बाकी वीडियो आई होप से काफ़ी पसंद इसी बाकी जरा घर काम करने इंशाल्लाह तो आई होप आने वाला गाने से वीडियो काफ़ी पसंद है जिले जो गुजारनी अपडेट दिखाई दसने बाजार अंदर मौजूद है जी इस टाइम बाजार है जी सारा बंद आज 11 मई है तकरीबन बाजार सारा बंद है तकी सकने सब बाजार बंद हाँ जी मैं यूट्यूब फैमिली तकी सकने जी डड्याल है जी सारा बंद शटर डाउन लॉकडाउन डड्याल अंदर लगे जी तकरीबन सारा बंद हड़ताल पैया जाम तक हूँ बाजार है सारा बंद जी मैं यूट्यूब फैमिली मौजूद है जी चौक लेंदे तक किसने जी काफ़ी रश बाकी जरा इस टाइम आवाम आई गई रोड है पर है तक रोड है साड़ी बंद है तक सारी रोड है बंद बाजार बंद है पहिया जाम है ते नज़र मारो चेक करो ना बाकी अल्लाह ताला खैर फरमान सब लोग अपनी उसे मनी रखन ते इस टाइम जरा आवाम ने दिया रोड़ा पर कहना के आज अल्लाह मेरी कर बाकी आवाम में जाइए तक जी मैं यूट्यूब फैमिली इस टाइम मुझे चौक के अंदर बाकी ते आवाम जरा ना रोड़ा पर आई गए इस टाइम तक सुनो सब आई गए इस टाइम बंदे अपने अपने है तक होना ये है जरा खलते बंदे है तको जी कौन सा
ਫੈਮਲੀ ਇਸ ਟਾਈਮ ਬੜੀ ਆਵਾਮ ਆਈ ਤੇ ਕਿਸੇ ਨੇ ਔਰ ਬਿਲਕੁਲ ਇਹ ਗੱਲ ਔਰ ਹੈੜੀ ਤੇ ਠੀਕ ਠਾਕ ਬਣਾਈ ਬਣਾਈ ਕੱਲਾ ਪਰਸੋਂ ਨਹੀਂ ਬਣਾਈ ਔਰ ਹੈੜੀ ਤੇ ਸਿਹਤ ਕੈਸੀ ਹੈ ਕਹਿਣ ਕਿ ਸ਼ਿਰਕਤ ਕਰਤੀ ਨੇ ਜੀ ਤੇ ਗਰਮੀ ਕਾ ਪਾਣੀ ਹਾਂ ਹਾਂ ਚਲੋ ਸਹੀ ਹੈ ਇਨਸ਼ਾਅੱਲਾ ਬਿਹਤਰ ਹੋ ਸੀ ਹੈ ਜੀ ਕੌਣ ਸ਼ੁਕਰ ਅੱਲਾ ਅਲਹਮਦੁਲਿਲਾ ਠੀਕ ਹਾਂ ਜੀ ਮੈਂ ਯੂਟੀ ਫੈਮਲੀ ਤੱਕ ਕਿਸੇ ਜੀ ਇਸ ਟਾਈਮ ਬਾਜ਼ਾਰ ਆ ਬੰਨ ਤਾਂ ਬਿਲਕੁਲ ਤੱਕ ਕਿਸੇ ਨੇ ਜੀ ਆਵਾਮ ਜਿਹਨਾਂ ਰੋਡ ਪਰ ਆਈ ਗਈ ਇਸ ਟਾਈਮ ਤਾਂ ਤਾਂ ਕੋਈ ਧਰਨਾ ਦੇਣਾ ਇਸ ਟਾਈਮ ਸਾਰਾ ਬਾਜ਼ਾਰ ਇਸ ਟਾਈਮ ਬੰਦ ਹੈ ਤੱਕੋ ਆਟਾ ਜਿਹੜਾ ਇਹ ਵੀ ਬੰਦ ਹੈ ਅਸੀਂ ਮੱਕਣ ਆਟਾ ਹੈ ਜੀ ਮੱਕਣ ਪੀ ਲਈ ਮੱਕਣ ਚਲੋ ਦੁੱਧ ਹੀ ਵੇਚ ਗਿਆ ਹਾਂ ਜੀ ਮੈਂ ਯੂਟੀਊਬ ਫੈਮਲੀ ਇਸ ਟਾਈਮ ਆਈ ਹੈ ਜੀ ਉਹ ਵੀ ਆਪਣੇ ਮੁਲਤਾਨੀ ਕੁਲਫੀ ਖਾਣੇ ਵਾਸਤੇ ਸਲਾਮ ਵਾਲੇਕੁਮ ਭਰਾ ਮਾੜਾ ਕੀ ਹਾਲ ਹੈ ਸਿਹਤ ਕੈਸੀ ਹੈ ਹੈੜੀ ਤੇ ਕਹਿਣ ਖੁੱਲ੍ਹੀ ਨੇ ਦੁਕਾਨ ਕਿਆ ਬਾਤ ਹੈ ਕਿਸ ਰਿਹਾ ਮੁਲਤਾਨੀ ਕੁਲਫੀ ਅੱਜ ਕੱਲ੍ਹ 100 ਰੁਪਏ ਨਹੀਂ ਕਿਆ ਬਾਣੇ ਹੋ ਜੀ ਸਾਦੀ ਕਿਸ ਰਿਹਾ ਤਾਂ ਦੂਜੇ ਚੁਕਲੇ ਚੁਕਲੇ ਪਾਈ ਤਾਂ ਉੱਪਰ ਖੋਪਾ ਛੋਪਾ ਹਾਂ ਹਾਂ 100 ਰੁਪਏ ਦਿਓ ਨੇ ਇੱਕ ਚੱਕਰਾਂ ਲਾ ਕਿਆ ਬਾਤ ਹੈ ਜੀ ਭਰਾ ਮਾੜਾ ਹੈ ਤੱਕੋ ਜੀ ਫਰਿੱਜ ਭਰੇ ਆਏ ਇਸ ਤੋਂ ਵੱਡੀ ਵੀ ਆਏਗੀ ठीक हो गया पाओ ना अपर बदाम पिस्ता पता लगे कुल पाओ ते चॉकलेट दा स्ट्रॉबेरी दा क्या बात है हम स्ट्रॉबेरी दा ਮਿਹਰਬਾਨੀ ਭਰਾ ਮਾੜਾ ਜੀ ਹਾਂ ਜੀ ਮੈਂ ਯੂਟੀਊਬ ਫੈਮਲੀ ਮੁਲਤਾਨੀ ਕੁਲਫੀ ਪਾ ਕੇ ਜਿਹਨਾਂ ਲਾਕਡਾਊਨ ਲੱਗੇ ਆ ਤਾਂ ਬਿਸਮਿਲਾ ਕਹਿੰਦੇ ਜੀ ਮੁਲਤਾਨੀ ਕੁਲਫੀ ਮੈਂ ਕੇ ਓ ਹੋ ਹੋ ਮਜ਼ੇਦਾਰ ਵਧੀਆ ਟੇਸਟ ਭਾਜੀ ਬਾਕੀ ਜੁਲੇ ਨੀਚੇ ਬਾਜ਼ਾਰ ਤੱਕ ਰਿਹਾ ਸਿਚੁਏਸ਼ਨ ਕਿਆ ਸੂਰਤ ਹਾਲ ਹੈ ਆਉਣੇ 11 ਵਜੇ ਜਿਹੜਾ ਜਲੂਸ ਬੁਰਾ ਨਿਕਲੀ ਹਾਲੇ 10:30 ਹੈ ਡਡਿਆਲ ਬਾਜ਼ਾਰ ਨੇ ਸਾਰਾ ਬੰਦ ਅੱਜ ਜਿਹੜਾ ਜੀ ਪਹੀਆ ਜਾਮ ਹੈ 11 ਮਈ ਹੈ ਤਾਂ ਅੱਜ ਤੱਕ ਕਿਸੇ ਨੇ ਉਹ ਬਾਜ਼ਾਰ ਹੈ ਸਾਰਾ ਬੰਦ ਪਹੀਆ ਜਾਮ ਹੈ ਸ਼ਟਰ ਡਾਊਨ ਮੈਂ ਦੱਸੋ ਤਾਂ ਇਸ ਟਾਈਮ ਗੁਜ਼ਰੀ ਨੇ ਆਪਣੇ ਪੱਟੀ ਚੌਕ ਚੋਂ ਇੱਥੇ ਲੈਂਟਰ ਪੈ ਰਿਹਾ ਕਿਆ
ਸਾਰਾ ਬਾਜ਼ਾਰ ਬੰਦ। ਮੈਂ ਤਾਂ ਕੌਣ ਮਨ ਵੇ ਸਲਾਮ ਵਾਲੇਕੁਮ ਨੀਚੇ ਚੜਨਾ ਮੁਸਕਰਾ ਦੇਣੇ ਪਏ ਹਾਂਜੀ ਬੰਦਿਆਂ ਖਾਣਾ ਹੈ ਬਿਲਕੁਲ ਹਾਂਜੀ ਮੁਰਗਾ ਜਿਹੜਾ 555 ਅਤੇ 4 3 44 ਹੈ ਜੀ ਠੀਕ ਹੈ ਜੀ ਹੋਰ ਹੈਡ ਦੀ ਸਿਹਤ ਕੈਸੀ ਹੈ ਹੈ ਲਾਲਾ ਠੀਕ ਹੈ ਚਲੋ ਸਹੀ ਹੈ ਮਾਸ਼ਾ ਅੱਲਾਹ ਬਿਲਕੁਲ ਡਡਿਆਲ ਨੇ ਕਹਿਣੇ ਪੁਰਾਣੀ ਨਿਸ਼ਾਨੀ ਹੈ ਜੀ ਲਾਲਾ ਇਹੀ ਹੈ ਗੱਲ ਹੈ ਜਾਨ ਪਹਿਚਾਣ ਤੇ ਜਬਰੂ ਸਾਹਿਬ ਹੈ ਜੀ ਚਲੋ ਅੱਲਾਹ ਤਾਲਾ ਸਹੀ ਹੈ ਅਬਦੁਲ ਜਬਾਰ ਸਹੀ ਹੈ ਜੀ ਬਾਈ ਜੀ 2 ਕਿਲੋ ਗੋਸ਼ਤ ਸੋਹਣਾ ਜਿਹਾ